ਟਾਈਟੈਨਿਕ ਦਾ ਮਲਬਾ ਵੇਖਣ ਗਈ ਸੀ ਆਪ ਦੋਸਤ ਉਹ ਥੱਲੇ ਹੀ ਰਹਿ ਗਿਆ ਉਹਦਾ ਮਲਬਾ ਚੱਕਣਾ ਹੈ ਚੱਕ ਲੋਗੇ ਚੱਕ ਲਾਂਗੇ ਕਿੰਨਾ ਜਾਏਗਾ ਇਹ 150-200 ਕਿਲੋਗ੍ਰਾਮ ਲੋਹਾ ਹੈ ਸਾਰਾ ਲੋਹਾ ਲੋਹਾ ਤਾਂ ਚੁੱਕੀ ਜਾ ਜਿਵੇਂ ਚੁੱਕਣ ਲੱਗ ਪੈਂਦਾ ਹੈ आइए आपको मिलवाते हैं एक ऐसे पाकिस्तानी से जो टाइटैनिक का मलबा निकालने का दावा कर रहा है तो वीडियो शुरू करने से पहले हमारे चैनल को सब्सक्राइब कर दें लाइक कर दें और बेल आइकन प्रेस करें टाइटैनिक का मलबा वेखण गई सी आप दोस्त वो थल्ले ही रह गया ओदा मलबा चकना है चक लोगे कित्थू चकना है अटलांटिक ओशन समंदर दे तह चो चक लांगे किन्ना जाएगा यही 150-200 किलोग्राम लोहा है सारा लोहा लोहा तां चुक्की जा जिवें चुक्कन दा पंदा लेबर हैगी अपने हाँ जी मुंडे रखे ने किन्ने को मुंडे रखे है आगे भी 8-10 मुंडे है गया अपने दिहाड़ी की लोगे जी सफर किन्ने का है फिर पता लगे फिर दिहाड़ी दसेंगे तुम ਤੁਹਾਨੂੰ ਲੈ ਜਾਵਾਂਗੇ ਬਸ ਥੱਲੇ ਜਾ ਕੇ ਤੁਸੀਂ ਗੋਤਾ ਮਾਰਨਾ ਤੇ ਮਲਬਾ ਲੈ ਆਉਣਾ ਤੇ ਬਾਕੀ ਸਾਰਾ ਕੁਝ ਤੁਹਾਨੂੰ ਅਸੀਂ ਦੇਵਾਂਗੇ ਗੋਤੇ ਦਾ 4500 ਲਵਾਂਗੇ ਜੀ ਓ ਨੋ ਫੀ ਬੰਦਾ ਨਹੀਂ ਜੀ ਸਾਰਿਆਂ ਦਾ ਹੀ 4500 ਹੋਰ ਕੋਈ ਸ਼ੈ ਰੋਟੀ ਤੁਸੀਂ ਦੇਣੀ ਆ ਰਸਾ ਤੁਸੀਂ ਦੇਣਾ ਗੱਡੀ ਤੇ ਲੈ ਕੇ ਜਾਣਾ ਸਿਗਰਟ ਵੀ ਦੇਣੀ ਆ ਤੁਹਾਨੂੰ ਪ੍ਰਾਡੋ ਤੇ ਲੈ ਕੇ ਜਾਵਾਂਗੇ ਪ੍ਰਾਡੋ ਨਹੀਂ ਲੈਣੀ ਲੈਮੋਜ਼ੀਨੇ ਜਾਣਾ ਸੌ ਕੇ ਜਾਣਾ ਓ ਨੋ ਕਿੰਨੇ ਕੁ ਮੁੰਡੇ ਪਾਣੀ ਚਲੇ ਜਾਂਦੇ ਆ ਸਾਰੇ ਮੁੰਡੇ ਗੋਤਾ ਖੋਰ ਨੇ ਉੱਥੇ ਦੁਨੀਆ ਦੇ ਵੱਡੇ ਵੱਡੇ ਜਾਜ ਗਏ ਨੇ ਨਾਕਾਮ ਹੋ ਗਏ ਨੇ ਤੁਸੀਂ ਚੁੱਕ ਲਓਗੇ ਚੁੱਕ ਲਾਂਗੇ ਜੀ ਜ਼ਬਾਨ ਦਿੱਤੀ ਹੈ ਤੁਹਾਨੂੰ ਪੂਰਾ ਕਰਾਂਗੇ ਜਿੱਥੋਂ ਮਰਜ਼ੀ ਹੋਵੇ ਚੁੱਕ ਕੇ ਬਾਹਰ ਮਾਰਾਂਗੇ ਮੇਰੀ ਬਿਸਤੀ ਨਾ ਕਰਾ ਦਿਓ ਨਹੀਂ ਬੇਫਿਕਰ ਚੁੱਕ ਕੇ ਬਾਹਰ ਮਾਰਾਂਗੇ ਜਿੱਥੇ ਮਰਜ਼ੀ ਹੋਵੇ ਤੁਸੀਂ ਜਾਣਾ ਕਿਸ ਚੀਜ਼ ਤੇ ਅਸੀਂ ਗੋਤਾ ਮਰਨਾ ਥੱਲੇ ਚਲੇ ਜਾਣਾ ਵਾ ਗੋਤਾ ਮਰਨਾ ਬਾਹਰ ਆ ਜਾਣਾ ਅਸੀਂ ਕਿੰਨੇ ਕੁ ਵਜੇ ਪਹੁੰਚ ਜਾਓਗੇ ਤੁਸੀਂ ਸਵੇਰੇ ਆ ਜਾਓ 5 ਵਜੇ ਤੜਕੇ ਤੜਕੇ ਆ ਗੱਡੀ ਲੈ ਆਓ ਲੈਮੋਜ਼ੀਨ ਆਪਾਂ ਚਲੇ ਚੱਲਾਂਗੇ ਤੁਹਾਡੀ ਹੋਰ ਕੋਈ ਸ਼ਰਤ ਸ਼ੁਰਤ ਕਿਉਂਕਿ ਜਿਹੜੇ ਅੱਗੇ ਉੱਥੇ ਗਏ ਨੇ ਵਾਪਸ ਕੋਈ ਨਹੀਂ ਆਏ ਸਾਡੀ ਫਿਕਰ ਨਹੀਂ ਕਰਨੀ ਸਾਡੇ ਵਾਸਤੇ ਸਮੁੰਦਰ ਕੁਛ ਵੀ ਨਹੀਂ ਹੈਗਾ ਅਸੀਂ ਜਾਣਾ ਵਾ ਤੇ ਵਾਪਸ ਹੀ ਆਣਾ ਅਸੀਂ ਸਾਡਾ ਕਾਰੋਬਾਰ ਇਹੀ ਅਸੀਂ ਇਹੀ ਕਰਨੇ ਲੋਹਾ ਹੀ ਚੱਕਣਾ ਹੁੰਦਾ ਮਲਬਾ ਚੱਕਣਾ ਹੁੰਦਾ ਜਿੱਥੇ ਮਰਜ਼ੀ ਹੋਵੇ ਅਸੀਂ ਚੱਕ ਕੇ ਬਾਹਰ ਮਾਰਨੇ ਗਰਾਈ ਬਹੁਤ ਹੈ ਉੱਥੇ ਤੁਹਾਡੇ ਕੋਲ ਕੋਈ ਲੈਟਾਂ ਸ਼ੈਟਾਂ ਹੈਗੀਆਂ ਗਰਾਈ ਬਹੁਤ ਉੱਥੇ ਹਨੇਰਾ ਵਾ ਸਾਡਾ ਕੰਮ ਹੀ ਹਨੇਰੇ ਦਾ ਸਾਨੂੰ ਨਹੀਂ ਹੁੰਦੀ ਕੋਈ ਟੈਨਸ਼ਨ ਹਨੇਰੇ ਦੀ ਲੈਟਾਂ ਹੋਣ ਤਾਂ ਭਾਵੇਂ ਨਾ ਅਸੀਂ ਹਨੇਰਾ ਨਹੀਂ ਵੇਖਦੇ ਅਸੀਂ ਕੰਮ ਕਰਨਾ ਹੁੰਦਾ ਬਸ ਉੱਥੇ ਠੰਡ ਠੁੰਡ ਤਾਂ ਨਹੀਂ ਲੱਗੇਗੀ ਉੱਥੇ ਠੰਡ ਬਹੁਤ ਆ ਪਾਣੀ ਵੀ ਠੰਡਾ ਵਾ ਸਾਨੂੰ ਠੰਡ ਕੁਛ ਨਹੀਂ ਕਹਿੰਦੀ ਅਸੀਂ ਦਵਾਈ ਖਾਣੀ ਹੁੰਦੀ ਰਾਤੀ ਸਾਨੂੰ ਠੰਡ ਦੀ ਨਹੀਂ ਪਰਵਾਹ ਹੁੰਦੀ ਅਸੀਂ ਬਸ ਲੋਹਾ ਹੀ ਖਿੱਚਣਾ ਹੁੰਦਾ ਬਸ ਹੁਣ ਫਾਈਨਲ ਹੈ ਜੀ ਸਾਡੀ ਦਵਾਈ ਪੂਰੀ ਤੇ ਤੁਹਾਡੀ ਮਜ਼ਦੂਰੀ ਪੂਰੀ ਤੇ ਕੰਮ ਤੁਹਾਡਾ ਪੂਰਾ ਜਨਾਬ ਜੋ ਦੁਨੀਆ ਕੇ ਬੜੇ ਬੜੇ ਗੋਤਾਖੋਰ ਇਸ ਕੰਮ ਮੇਂ ਨਾਕਾਮ ਹੋਏ ਹੈ ਆਪ ਦੋਸਤ ਨਿਕਾਲਨੇ ਮੇਂ ਯੇ ਇੱਕ ਪਾਕਿਸਤਾਨੀ ਸਾਹਮਣੇ ਆਇਆ ਇਸਨੇ ਵਾਅਦਾ ਕੀਆ ਕਿ ਹਮ 4500 ਰੁਪਏ ਮੇਂ ਨਿਕਾਲ ਦੇਂਗੇ ਜਿਹੜੇ ਲੋਕ ਆਪ ਦੋਸਤ ਦੇ ਹਵਾਲੇ ਨਾਲ ਪਰੇਸ਼ਾਨ ਹਨ ਠੀਕ ਹੈ ਕੱਢ ਲੋਗੇ ਕੱਢ ਲਾਂਗੇ ਕੋਈ ਪਰੇਸ਼ਾਨੀ ਵਾਲੀ ਗੱਲ ਕੋਈ ਨਹੀਂ जनाब अगर हमारी वीडियो आपको पसंद आई है तो हमारे ETV उर्दू को लाइक करें सब्सक्राइब करें और बेल आइकन प्रेस करें मिलेंगे एक नई वीडियो के साथ अल्लाह हाफिज़